ਸੰਗਤ ਘਰ ਵਧਣ ਲੱਗ ਜੂਗੀ ਕਿ ਸੰਗਤ ਘਰ ਘਟਣ ਲੱਗ ਜੂਗੀ। ਭਰਤਰੀ ਜੀ ਨੇ ਇਸੇ ਤ੍ਰਿਸ਼ਨਾ ਨੂੰ ਆਖੇ ਕਿ ਤ੍ਰਿਸ਼ਨਾ ਨ ਜੀਰਣੰਗ ਵਈ ਮੇਵ ਜੀਰਣੰਗ ਸਤਪੋ ਨ ਤਪਤਾ ਵਈ ਮੇਵ ਤਪਤ। ਉਹ ਤ੍ਰਿਸ਼ਨਾ ਨੂੰ ਕਹਿੰਦੇ ਤ੍ਰਿਸ਼ਨਾ ਮੈਂ ਬੁੱਢਾ ਹੁੰਦਾ ਜਾਣੇ ਤੂੰ ਜਵਾਨ ਹੁੰਦੀ ਜਾਣੀ ਏ। ਤ੍ਰਿਸ਼ਨਾ ਨ ਜੀਰਣੰਗ ਵਈ ਮੇਵ ਜੀਰਣੰਗ ਚਾਰ ਜੀਰਨ ਬੁਢਾਪਾ ਮੈਂ ਬੁੱਢਾ ਹੁੰਦਾ ਤਾਂ ਤੂੰ ਨਿਤ ਬੋ ਨਿਤ ਜਵਾਨ ਹੁੰਦੀ ਜਾ। ਵੱਡਾ ਰੋਗ ਜਿੱਦਣ ਤੇ ਲੱਗ ਗਿਆ ਬਸ ਵਧੂਗਾ। ਇਹ ਲੱਗਦਾ ਜਨਮ ਤੋਂ ਬਾਅਦ ਲਿਵ ਛੁਟਕੀ ਕਿਉਂ ਲੱਗੀ? ਪੇਟ ਵਿਚ ਸਵਾਸ ਸਵਾਸ ਸਿਮਰ ਸੀ ਲਿਵ ਲੱਗੀ ਹੋਈ ਸੀ। ਬਾਕੀ ਗ੍ਰੰਥ ਵੀ ਮੰਨਦੇ ਉਹਨਾਂ ਨੂੰ ਛੱਡੋ। ਗੁਰੂ ਗ੍ਰੰਥ ਸਾਹਿਬ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਸਵਾਸ ਸਵਾਸ ਸਿਮਰ ਤੇ ਜਨਮ ਲੈ ਲਿਆ ਟੁੱਟ ਗਈ ਕਿਉਂ? ਬਾਹਰ ਰੱਬ ਨਹੀਂ ਹੈ ਆ ਬਚਨ ਲੈ ਜਾਓ। ਬਾਕੀ ਹੁਣੇ ਤਾਂ ਆਈ ਬਿਕਰ ਸੁਰਾਨੇ ਸੰਗਲ ਪਾ ਲੇ ਦੋ ਦਿਨ ਖਾਤਰ ਆਏ ਸੀ ਇੱਥੇ। ਇਹ ਕਹਿੰਦੇ ਜਰੂਰ ਚਰਨ ਧੂੜ ਲੈਣੀ ਹੈ। ਮੈਂ ਕਿਹਾ ਕੋਈ ਨੀ ਸੁਭਾਗਾ ਸਰ ਮੈਂ ਹਾਜ਼ਰੀ ਭਰਦੇ। ਤਾਂ ਪ੍ਰੇਮੀਓ ਪੇਟ ਵਿਚ ਨਿਵ ਲੱਗੀ ਸੀ ਬਾਹਰ ਕਿਉਂ ਟੁੱਟੀ? ਬਸ ਆ ਜੇ ਤੁਸੀਂ ਘਰ ਨੂੰ ਲੈ ਜਾਓ ਨਾ ਕੰਮ ਆਊਗੀ ਬਾਣੀ ਦੀ ਤੁਕ। ਪੇਟ ਵਿਚ ਲੱਗੀ ਸੀ ਬਾਹਰ ਕਿਉਂ ਟੁੱਟੀ ਗਈ? ਬਸ ਨੁਕਤਾ ਹੀ ਹੈ ਜਿੰਨਾ ਚਿਰ ਤੋਂ ਪੇਟ ਵਿਚ ਸੀ ਸਿਰ ਨੀਵਾਂ ਸੀ। ਸਮਝ ਲਿਓ ਸਿਰ ਜਨਮ ਲੈ ਲਿਆ ਸਿਰ ਉੱਚਾ। ਬਸ ਜੇ ਲਿਵ ਲਾਉਣੀ ਹੈ ਸਿਰ ਨੀਵਾਂ ਰੱਖਣਾ। ਉਹਨਾਂ ਹੀ ਮਹਾਂਪੁਰਸ਼ਾਂ ਦੀ ਲਿਵ ਲੱਗੀ ਹੈ ਜਿਨ੍ਹਾਂ ਕੋਲ ਸਭ ਕੁਝ ਸੀ ਪਰ ਸਿਰ ਨੀਵਾਂ ਰੱਖਿਆ। ਜਾਂ ਮਾਂ ਦੇ ਪਿੰਡ ਵਿੱਚ ਲੱਗੀ ਸੀ ਬਾਹਰ ਕਿਉਂ ਟੁੱਟੀ? ਬਾਹਰ ਕਿਹੜਾ ਰੱਬ ਨਹੀਂ ਹੈ? ਇੱਕੋ ਕਾਰਨ ਹੈ ਬਸ ਉੱਚਾ ਉਹਦੀ ਲਿਵ ਲੱਗੂਗੀ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੋ। ਉਹ ਇੱਥੋਂ ਹੀ ਬਚਨ ਤੁਹਾਡੇ ਨਾਲ ਕੱਲ ਨੂੰ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਣੇ ਜਿਸ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਸਾਰੀ ਸੰਗਤ ਪਿਆਰ ਨਾਲ ਕਰੋ। ਰਾਮ ਕਲੀ ਮਹੱਲਾ ਤੀਜਾ ਆਨੰਦ ਕੋਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ। ਸਾਹਿਬ ਕਿਆ ਨਹੀਂ ਕਰਦੇ ਰਹਿ ਸਕਦਾ ਨਾਮ
Sarin bhai sarse pure